ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਹਾਂ ਕੁਲਦੀਪ। ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਆਦਮਪੁਰ ਜਲੰਧਰ ਆਦਮਪੁਰ ਵਿਖੇ ਉਦਘਾਟਨ ਕਰਨ ਲਈ ਪਹੁੰਚੇ ਨੇ। ਇੱਥੇ ਹਵਾਈ ਅੱਡੇ ਰੋਡ ਦਾ ਉਦਘਾਟਨ ਕਰਨਗੇ, ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕਰਨਗੇ। ਅਗਰ ਸੁਰੱਖਿਆ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੇ ਮੁਲਾਜ਼ਮ ਚੱਪੇ ਚੱਪੇ 'ਤੇ ਖੜ੍ਹੇ ਨੇ, ਸੁਰੱਖਿਆ ਦੇ ਪੁਖਤਾ ਪ੍ਰਬੰਧ ਜੋ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ। ਚੱਪੇ ਚੱਪੇ 'ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਖੜ੍ਹੇ ਨੇ, ਨਾਲ ਮਹਿਲਾ ਕੋਂਸਟੇਬਲ ਦਾ ਵੀ ਪ੍ਰਬੰਧ ਜੋ ਕੀਤਾ ਗਿਆ ਹੈ। ਅਗਰ ਸੁਰੱਖਿਆ ਦੀ ਗੱਲ ਕਰੀਏ, ਸੁਰੱਖਿਆ ਬਹੁਤ ਤਗੜਾ ਜੋ ਪ੍ਰਬੰਧ ਕੀਤਾ ਗਿਆ, ਜੋ ਅਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇੱਥੇ ਚਰਨਜੀਤ ਚੰਨੀ ਵੱਲੋਂ ਹਵਾਈ ਅੱਡੇ ਦੇ ਰੋਡ ਦਾ ਜੋ ਉਦਘਾਟਨ ਕੀਤਾ ਜਾਵੇਗਾ, ਥੋੜ੍ਹੀ ਦੇਰ ਬਾਅਦ ਜੋ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਣਗੇ ਅਤੇ ਉਦਘਾਟਨ ਜੋ ਕਰਨਗੇ।